ਅਸੀਂ ਅੱਜ ਪਿੰਡ ਧੱਲੇ ਕੇ ਦੇ ਵਿੱਚ ਇੱਕ ਕਿਸ਼ਨ ਸਿੰਘ ਆਦਮੀ ਦੇ ਇੱਕ ਪਰਿਵਾਰ ਨੂੰ ਮਿਲਣ ਆਏ ਹਾਂ ਜੋ ਆਪਣੀ ਦੋਹਤੀਆਂ ਦੀ ਸੇਵਾ ਕਰ ਰਿਹਾ ਹੈਗਾ। ਆਪਾਂ ਕਹਿ ਦਈਏ ਵੀ ਬੱਚਿਆਂ ਦਾ ਮਾਪਿਆਂ ਪਰ ਅਸੀਂ ਸਿਰਫ ਇੰਨਾ ਕੁ ਰਹਿ ਗਿਆ ਜ਼ਰੂਰਤ ਵਾਲੇ ਆ, ਕੋਈ ਨਹੀਂ ਰੋਂਦਾ ਅੱਜ ਕੱਲ੍ਹ ਕਿਸੇ ਨੂੰ। ਪਰ ਅੱਜ ਅਸੀਂ ਇਸ ਕਿਸ਼ਨ ਕੁਮਾਰ ਜੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਡੇ ਸਮਾਜ ਸੇਵਾ ਸੁਸਾਇਟੀ ਵੱਲੋਂ ਇਹਦੀ ਜਿੰਨੀ ਵੀ ਹੈਲਪ ਹੋ ਸਕਦੀ ਹੈ, ਪਹਿਲਾਂ ਵੀ ਕਰ ਰਹੇ ਹਾਂ ਹੁਣ ਵੀ ਕਰਾਂਗੇ, ਜੋ ਇਹਨਾਂ ਦੀਆਂ ਦੋਹਤੀਆਂ ਹੈਗੀਆਂ ਉਹਨਾਂ ਪ੍ਰਤੀ ਵੀ ਮੈਂ ਸੰਗਤਾਂ ਨੂੰ ਵੀ ਬੇਨਤੀ ਕਰੂੰਗਾ ਵੀ ਜਿੰਨੇ ਵੀ ਹੈਗੇ ਆ ਉਹ ਇਹਨਾਂ ਦੀ ਹਰ ਪੱਖੋਂ ਹਰ ਤਰ੍ਹਾਂ ਦੀ ਹੈਲਪ ਕਰਨ। ਮੇਰੀ ਤਾਂ ਇਹੀ ਬੇਨਤੀ ਹੈ ਕਿ ਬੇਟੀਆਂ ਦੋਨੇ ਹੁਸ਼ਿਆਰ ਹੈ, ਕਿਉਂਕਿ ਇੱਕ ਤਾਂ ਛੋਟੀ ਹੈ ਉਹ ਕਾਫੀ ਹੁਸ਼ਿਆਰ ਹੈ, ਜਿਹੜੀ ਦੂਜੀ ਆ ਉਹ ਗੂੰਗੀ ਤੇ ਬੋਲੀ ਹੈ, ਮਤਲਬ ਜਾਣੀ ਦੀ ਈਰ ਦਾ ਕੰਮ ਕਰਦੇ ਉਹਦੇ, ਮਤਲਬ ਗੂੰਗੀ ਆ ਕਿ ਉਹ ਬੋਲ ਨਹੀਂ ਸਕਦੀ, ਇਸ਼ਾਰਿਆਂ ਨਾਲ ਸਮਝਾਉਂਦੀ ਹੈ ਤੇ ਇਸ਼ਾਰੇ ਹੀ ਸਮਝਦੀ ਹੈ। ਦੇਖੋ ਜਿਹੜਾ ਇਹਨਾਂ ਦੇ ਬੱਚੇ ਤਿੰਨ ਪੁੱਤ ਹੈ ਉਹ ਛੱਡ ਕੇ ਚਲੇ ਗਏ ਹੈ, ਇਹਨਾਂ ਨੂੰ ਬਹੁਤ ਹੀ ਸ਼ਰਮਨਾਕ ਗੱਲ ਹੈ, ਕਿਉਂਕਿ ਬੱਚਿਆਂ ਵਾਸਤੇ, ਕਿਉਂਕਿ ਜਿਹੜਾ ਕਹਿੰਦੇ ਹੁੰਦੇ ਹੈ ਵੀ ਮਾਪਾ ਤਾਂ ਤਿੰਨ ਬੱਚੇ ਪਾਲ ਲੈਂਦਾ, ਕਿਉਂਕਿ ਇਹਨਾਂ ਨੇ 6 ਬੱਚੇ ਪਾਲੇ, 3 ਬੇਟੀਆਂ ਤੇ 3 ਬੇਟੇ, ਤੇ ਅੱਜ 3 ਬੱਚੇ ਇੱਕ ਮਾਂ ਬਾਪ ਨੂੰ ਨਹੀਂ ਸਮਝ ਸਕਦੇ, ਇਦੋਂ ਵੱਡੀ ਨਲਾਇਕੀ ਹੋਰ ਕੀ ਹੋ ਸਕਦੀ ਹੈ। ਹਾਂਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਇਸ ਕਲਯੁਗ ਦੇ ਵਿੱਚ ਵੀ ਇੱਕ ਪਰਿਵਾਰ ਦੇਖ ਰਹੇ ਹਾਂ ਵੀ ਬੱਚਿਆਂ ਨੂੰ ਪਾਲ ਰਿਹਾ ਹੈ ਬੜੀ ਮੁਸ਼ਕਲ ਨਾਲ, ਤੇ ਸਾਡੇ ਜ਼ਰੀਏ ਕੀ ਮੈਸੇਜ ਦੇਣਾ ਚਾਹੋਗੇ, ਕੀ ਕਾਰਨ ਹੈ ਜਿਹੜਾ ਇਦਾਂ ਦੇ ਹੋ ਰਹੇ ਨੇ ਹਾਲਾਤ? ਦੇਖੋ ਸਰ, ਪਹਿਲਾਂ ਤਾਂ ਮੈਂ ਮਾਫੀ ਚਾਹੁੰਦਾ ਹਾਂ ਕਿਉਂਕਿ ਸਾਰੇ ਇਹਨਾਂ ਚੀਜ਼ਾਂ ਤੋਂ ਅਵੇਅਰ ਹੈ, ਅਵੇਅਰ ਹੁੰਦੇ ਹੋਏ ਵੀ ਅਸੀਂ ਇਸ ਸੰਸਾਰ ਦੇ ਵਿੱਚ ਮਨਾਕੇ ਹੋ ਕੇ ਤੁਰੇ ਫਿਰਦੇ ਹਾਂ। ਅਸੀਂ ਅੱਜ ਪਿੰਡ ਧੱਲੇ ਕੇ ਦੇ ਵਿੱਚ ਇੱਕ ਕਿਸ਼ਨ ਸਿੰਘ ਆਦਮੀ ਦੇ ਇੱਕ ਪਰਿਵਾਰ ਨੂੰ ਮਿਲਣ ਆਏ ਹਾਂ ਜੋ ਆਪਣੀ ਦੋਹਤੀਆਂ ਦੀ ਸੇਵਾ ਕਰ ਰਿਹਾ ਹੈਗਾ। ਇਹਨਾਂ ਦੇ ਬੱਚੇ ਹੁੰਦੇ ਹੋਏ ਵੀ ਉਹ ਇਹਨਾਂ ਨੂੰ ਅਟੈਂਡ ਨਹੀਂ ਕਰ ਰਹੇ, ਹਾਲਾਂਕਿ ਜੇ ਕੋਈ ਵੀ ਡੈੱਡ ਬੋਡੀ ਜਾਂਦੀ ਹੈ, ਆਪਾਂ ਜੇ ਸਕੂਟਰ 'ਤੇ ਦੋਨੇ ਵੀਰ ਜਾਂਦੇ ਹਾਂ ਅਤੇ ਆਪਾਂ ਉੱਥੇ ਸੀਸ ਨਵਾਉਂਦੇ ਹਾਂ, ਉਹਨੂੰ ਨਮਸਕਾਰ ਕਰਦੇ ਹਾਂ, ਜੇ ਪੈਦਲ ਜਾਂਦੇ ਹਾਂ ਤਾਂ ਹੱਥ ਵੀ ਜੋੜਦੇ ਹਾਂ ਨਾਲ, ਲੇਕਿਨ ਜੇ ਆਪਾਂ ਕਹਿ ਦਈਏ ਵੀ ਬੱਚਿਆਂ ਦਾ ਮਾਪਿਆਂ ਪਰ ਅਸੀਂ ਸਿਰਫ ਇੰਨਾ ਕੁ ਰਹਿ ਗਿਆ ਜ਼ਰੂਰਤ ਵਾਲੇ ਆ, ਕੋਈ ਨਹੀਂ ਰੋਂਦਾ ਅੱਜ ਕੱਲ੍ਹ ਕਿਸੇ ਨੂੰ। ਠੀਕ ਹੈ ਜੀ, ਉਹ ਕਿਸੇ ਨੂੰ ਇਹ ਹੁੰਦਾ ਵੀ ਹੁਣ ਮੇਰੇ ਬੱਚਿਆਂ ਨੂੰ ਕਵਰ ਕਰਨ ਵਾਲਾ ਨਹੀਂ ਰਹਿ ਗਿਆ ਜਾਂ ਇਹ ਆ ਉਹ ਆ, ਪਰ ਅੱਜ ਅਸੀਂ ਇਸ ਕਿਸ਼ਨ ਕੁਮਾਰ ਜੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਡੇ ਸਮਾਜ ਸੇਵਾ ਸੁਸਾਇਟੀ ਵੱਲੋਂ ਇਹਦੀ ਜਿੰਨੀ ਵੀ ਹੈਲਪ ਹੋ ਸਕਦੀ ਹੈ, ਪਹਿਲਾਂ ਵੀ ਕਰ ਰਹੇ ਹਾਂ ਹੁਣ ਵੀ ਕਰਾਂਗੇ, ਜੋ ਇਹਨਾਂ ਦੀਆਂ ਦੋਹਤੀਆਂ ਹੈਗੀਆਂ ਉਹਨਾਂ ਪ੍ਰਤੀ ਵੀ ਮੈਂ ਸੰਗਤਾਂ ਨੂੰ ਵੀ ਬੇਨਤੀ ਕਰੂੰਗਾ ਵੀ ਜਿੰਨੇ ਵੀ ਹੈਗੇ ਆ ਉਹ ਇਹਨਾਂ ਦੀ ਹਰ ਪੱਖੋਂ ਹਰ ਤਰ੍ਹਾਂ ਦੀ ਹੈਲਪ ਕਰ। ਤੁਸੀਂ ਇੱਕ ਗੱਲ ਕੀਤੀ, ਅਸੀਂ ਰਾਸਤੇ ਜਾਂਦੇ ਹਾਂ ਅਤੇ ਐਕਸੀਡੈਂਟ ਹੋ ਜਾਂਦਾ, ਬੰਦਾ ਮਰ ਜਾਂਦਾ, ਉਹਨੂੰ ਮੱਥਾ ਟੇਕਦੇ ਹਾਂ, ਲੋਕ ਜਿਉਂਦਿਆਂ ਨੂੰ ਨਹੀਂ ਪੁੱਛਦੇ? ਹਾਂ ਬਿਲਕੁਲ, ਇਸੇ ਕਰਕੇ ਮੈਂ ਤਾਂ ਇਹ ਪਹਿਲਾਂ ਬੇਨਤੀ ਲਾਈ ਆ ਵੀ ਮੈਂ ਮਾਫੀ ਮੰਗਦਾ, ਸਾਰੇ ਅਵੇਅਰ ਹੁੰਦੇ ਹੋਇਆ ਵੀ ਆਪਾਂ ਸਾਰੇ ਮਨਾਖੇ ਹੋ ਕੇ ਤੁਰੇ ਫਿਰਦੇ ਹਾਂ। ਕਿਉਂ ਲੋਕ ਕਹਿੰਦੇ ਆ ਇਸ਼ਕ ਇਸ਼ਕ, ਜੇ ਕਹਿੰਦੇ ਵੀ ਕੋਈ ਸਮੁੰਦਰ ਨਾਲ ਕਰਦਾ, ਸਮੁੰਦਰ 'ਚ ਡੁੱਬ ਜਾਂਦਾ, ਠੀਕ ਹੈ ਜੀ, ਉਹਨੂੰ ਆਸ਼ਿਕ ਕਹਿ ਦਿੰਦੇ ਆ। ਅਗਰ ਕੋਈ ਬਚ ਜਾਂਦਾ ਉਹਨੂੰ ਦੀਵਾਨਾ ਕਹਿ ਦਿੰਦੇ ਆ, ਅਤੇ ਕਹਿੰਦੇ ਜੋ ਤੈਰਦਾ ਹੈਗਾ ਉਹ ਇੱਕ ਪਤੀ ਹੈ। ਅਗਰ ਉਹ ਪਤੀ ਇਹ ਫਰਜ਼ ਨਿਭਾ ਸਕਦਾ ਤਾਂ ਬੱਚੇ ਉਹ ਕਿਉਂ ਨਹੀਂ ਨਿਭਾ ਸਕਦੇ? ਕਿ ਉਹ ਪਤੀ ਨਹੀਂ ਹੈਗੇ, ਉਹ ਵੀ ਪਤੀ ਹੈਗੇ ਆ, ਲੇਕਿਨ ਉਹ ਇਹਨਾਂ ਚੀਜ਼ਾਂ ਤੋਂ ਅਵੇਅਰ ਹੁੰਦੇ ਹੋਏ ਵੀ ਕਿਉਂ ਇਹ ਹੁੰਦੇ ਆ, ਇਹ ਇੱਕ ਗੋਡ ਗਿਫਟ ਹੈ। ਕਿਉਂਕਿ ਜਦੋਂ ਮੇਰੇ ਵਰਗਾ 10 ਪੜ ਜਾਂਦਾ, ਮੈਂ ਕਹਿੰਦਾ ਜੇ ਮੈਂ ਨੀਵਾਂ ਹੋ ਕੇ ਕਿਸ਼ਨ ਕੁਮਾਰ ਜੀ ਨੂੰ ਸਤਨਾਮ ਵਾਹਿਗੁਰੂ ਜਾਂ ਪੈਰੀ ਪਹਿਣਾ ਕਰਤਾ, ਵੀ ਪਤਾ ਨਹੀਂ ਮੈਨੂੰ ਇਹ ਕੀ ਬੋਲੂਗਾ, ਕਮ ਸੇ ਕਮ ਅਸੀਸਾਂ ਹੀ ਹੈ ਨਹੀਂ ਸਾਡੇ ਨਾਲ, ਸਾਡੇ ਆਰਜੂ ਕਾਹਦੇ ਨਾਲ ਲੰਬੀ ਹੋਣੀ ਆ, ਜਾਂ ਅਸੀਂ ਸੁੱਖ ਕਾਹਦੇ ਪਾਉਣੇ ਆ। ਰਿਆਸੀ ਜੀ, ਇੱਕ ਗਰੀਬ ਘਰ ਵਿੱਚ ਇਸ ਟਾਈਮ ਤੁਸੀਂ ਮੌਜੂਦ ਹੋ, ਛੋਟੇ ਛੋਟੇ ਬੱਚੇ ਨੇ ਇੱਥੇ, ਇੱਕ ਬਜ਼ੁਰਗ ਇਹਨੂੰ ਪਾਲ ਰਿਹਾ, ਕੀ ਹੈ ਸਾਰਾ ਮਾਮਲਾ, ਕੀ ਲੋਕਾਂ ਨੂੰ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਸਾਡੇ ਜ਼ਰੀਏ? ਦੇਖੋ ਜੀ, ਗੱਲ ਪਤਾ ਕੀ ਹੈ ਭਲਾ ਜੀ, ਇਹ ਕ੍ਰਿਸ਼ਨ ਕੁਮਾਰ ਜੀ ਹੈ ਇਹ, ਕਿਉਂਕਿ ਪਿਛਲੇ ਸਮੇਂ ਸਾਡੀ ਸਮਾਜ ਸੇਵਾ ਸੈਡੀ ਕੋਲੇ ਗਏ ਸੀ, ਅੱਜ ਤੋਂ 3 ਸਾਲ ਪਹਿਲਾਂ ਜੀ, ਕਿਉਂਕਿ ਇਹਨਾਂ ਨੇ ਗਏ ਸੀ ਸਾਡੇ ਕੋਲ ਮੇਰੀਆਂ ਬੱਚੀਆਂ ਦੀ ਹੈਲਪ, ਮੈਨੂੰ ਰਾਸ਼ਨ ਵਗੈਰਾ, ਕਿਉਂਕਿ ਉਨੀ ਕੁ ਅਸੀਂ ਹੈਲਪ ਕਰੀ ਜਾਂਦੇ ਹਾਂ ਵੀ ਅਸੀਂ ਜ਼ਿੰਦਗੀ ਜੋਗੇ ਹੈਗੇ ਹਾਂ, ਕਿਉਂਕਿ ਜਿੰਨਾ ਕੁ ਇਹਨਾਂ ਨੂੰ ਕਿਤੇ ਕਿਤੇ ਰਾਸ਼ਨ ਚਾਹੀਦਾ ਹੁੰਦਾ ਜਾਂ ਕੋਈ ਮਾੜਾ ਮੋਟਾ ਪੈਸੇ ਪਾਗਾ ਚਾਹੀਦਾ ਹੁੰਦਾ, ਉਹ ਸਾਡੇ ਕੋਲ ਜਾਂਦੇ ਅਸੀਂ ਇਹਨਾਂ ਦੀ ਹੈਲਪ ਕਰ ਦਿੰਦੇ ਹਾਂ। ਮੇਰੀ ਤਾਂ ਇਹੀ ਬੇਨਤੀ ਹੈ ਕਿ ਬੇਟੀਆਂ ਦੋਨੇ ਹੁਸ਼ਿਆਰ ਹੈ, ਕਿਉਂਕਿ ਇੱਕ ਤਾਂ ਛੋਟੀ ਹੈ ਉਹ ਕਾਫੀ ਹੁਸ਼ਿਆਰ ਹੈ, ਜਿਹੜੀ ਦੂਜੀ ਉਹ ਗੂੰਗੀ ਤੇ ਬੋਲੀ ਹੈ, ਮਤਲਬ ਜਾਣੀ ਦੀ ਈਰ ਦਾ ਕੰਮ ਕਰਦੇ ਉਹਦੇ, ਮਤਲਬ ਗੂੰਗੀ ਹੈ ਕਿ ਉਹ ਬੋਲ ਨਹੀਂ ਸਕਦੀ, ਇਸ਼ਾਰਿਆਂ ਨਾਲ ਸਮਝਾਉਂਦੀ ਹੈ ਅਤੇ ਇਸ਼ਾਰੇ ਹੀ ਸਮਝਦੀ ਹੈ, ਉਹਦੀ ਹੈਲਪ ਕੀਤੀ ਜਾਵੇ ਅਤੇ ਇਹਨਾਂ ਬੱਚਿਆਂ ਦੀ ਹੈਲਪ ਕੀਤੀ ਜਾਵੇ ਤਾਂ ਬੱਚਿਆਂ ਦੀ ਜ਼ਿੰਦਗੀ ਸਵਰ ਸਕਦੀ ਹੈ। ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਇਸ ਪਰਿਵਾਰ ਨੂੰ ਦੇਖਦੇ ਹੋ? ਦੇਖੋ ਜੀ, ਲੋਕਾਂ ਨੂੰ ਜਿਸ ਤਰ੍ਹਾਂ ਤੁਹਾਡੇ ਵੱਲੋਂ ਵੀ ਤਾਂ ਕਾਫੀ ਕੁਛ ਕੀਤਾ ਜਾਂਦਾ ਹੈ, ਪਰ ਹਰ ਇੱਕ ਚੀਜ਼ ਰਲ ਮਿਲ ਕੇ ਹੀ ਹੁੰਦੀ ਹੈ। ਦੇਖੋ ਜਿਹੜਾ ਇਹਨਾਂ ਦੇ ਬੱਚੇ ਤਿੰਨ ਪੁੱਤ ਹੈ ਉਹ ਛੱਡ ਕੇ ਚਲੇ ਗਏ ਹੈ ਇਹਨਾਂ ਨੂੰ,
बहुत ही शर्मनाक गल है, क्योंकि बच्चों वास्ते, क्योंकि जो कहते होंगे है भी मापा तो तीन बच्चे पाल लेता, क्योंकि इन्होंने 6 बच्चे पाले, 3 बेटियां ते 3 बेटे, ते अज 3 बच्चे एक माँ बाप नूं नहीं समझ सकते, इदों वड्डी नलायकी होर की हो सकती है। क्योंकि मैं इन्ना कहना चाहना कि बापा मापा सानू बहुत कुछ दिंदा है, क्योंकि बाद च जदों बच्चे जवान हो जाते हैं ना, तो माँ बाप नूं कहने साडे लई कीता ही की है, तो हुण जे बच्चियां पल के उठ के कह देण वी नाना तूं साडे लई कीता ही की है, तो भी बहुत माड़ी गल होगी, क्योंकि बहुत कुछ कर रहे बजुर्ग कि तो मंगना बहुत औखा हुंदा, क्योंकि झोली अड के मंगदा नाले काम करदा नाले इन्हां नूं बच्चियां नूं पालदा।